ਆਓ ਪਾਵਨ ਸ਼ਬਦ ਸਰਵਣ ਕਰੀਏ। ਸੋਹਣੇ ਸਾਹਿਬ ਦੇ ਵਿੱਚੋਂ ਪਹਿਲੀ ਅਸ਼ਟਪਦੀ ਦੇ ਵਿੱਚ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮੇਸ਼ਰ ਨੂੰ ਸਿਮਰ ਕੇ ਜਪ ਕੇ ਸਾਰੇ ਸੁੱਖਾਂ ਨੂੰ ਆਪਾਂ ਹਾਸਲ ਕਰ ਸਕਦੇ ਹਾਂ, ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਸਕਦੇ ਹਾਂ। ਜਿੰਨੇ ਵੀ ਕਾਲ ਕਲੇਸ਼ ਇਸ ਸੰਸਾਰ ਦੇ ਵਿੱਚ ਤਨ ਨੂੰ ਲੱਗਦੇ ਨੇ, ਮਨ ਨੂੰ ਲੱਗਦੇ ਨੇ, ਜੀਵ ਨੂੰ ਦੁੱਖ ਦਿੰਦੇ ਨੇ, ਸਤਿਗੁਰੂ ਕਹਿੰਦੇ ਜੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਟਿਕ ਜਾਵੇ ਤਾਂ ਉਹ ਸਾਰੇ ਮਿਟ ਜਾਂਦੇ ਨੇ, ਕਿਉਂਕਿ ਪਰਮੇਸ਼ਰ ਦਾ ਨਾਮ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਆਓ ਪ੍ਰੇਮ ਦੇ ਨਾਲ ਸ਼ਬਦ ਸਰਵਣ ਕਰੀਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਸਿਮਰ ਸਿਮਰ ਸੁ